Bismillahirrahmanirrahim. Assalamu alaikum. Mere tusi apna sakhiya channel de main tuhanu mezban de shaan. Paramavan de rozana de navi to navi de achhi to achhi video leke hazir ho vida mail karna inshallah paramavan video pasand aundi hai. Video nu like bhi kar de, video nu share bhi kar de. Sab to pehla apne channel nu karna subscribe to bell icon da button jada hai. Zarur daba lena taaki saadi aman wali ਨਵੇਂ ਤੋਂ ਨਵੇਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਪਹੁੰਚਾਣੀ ਪਹੁੰਚ ਸਕੇ ਵੀਡੀਓ ਜਿਹੜੀ ਬਣਾਉਣ ਲੱਗਿਆ ਵੀਡੀਓ ਨਵਾਂ ਚਿਹਰਾ ਤੇ ਨਵਾਂ ਡੇਰਾ ਪਹਿਲੇ ਵੀਡੀਓ ਬਣਦੀ ਪਈ ਹੈ ਵੀਡੀਓ ਜਿਨ੍ਹਾਂ ਦੀ ਅੱਜ ਤੱਕ ਕੋਈ ਅਜਮਲ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਗੱਲਬਾਤ ਕਰਨੀ ਹੈ ਡੰਗਰਾਂ ਦੀ ਤੇ ਅੱਜ ਦੀ ਵੀਡੀਓ ਦੇ ਵਿੱਚ ਡੰਗਰ ਲੱਗਣੇ ਨੇ ਚਾਰ ਜਿਨ੍ਹਾਂ ਦੇ ਤਿੰਨ ਮੱਝਾਂ ਨੇ ਇੱਕ ਜਿਹੜੀ ਹੈ ਗਾਂ ਡੰਗਰ ਵੇਖ ਲੈਣੇ ਨੇ ਅਗਲੀ ਗੱਲਬਾਤ ਜਿਹੜੀ ਹੈ ਨਾ ਜਿਹੜੇ ਜਿਹੜੇ ਭਰਾ ਨੇ ਪਸੰਦ ਆਵੇ ਨੰਬਰ ਜਿਹੜਾ ਭਾਈ ਅਜਮਲ ਦਾ ਸਕਰੀਨ ਤੇ ਲਾ ਜਾਣਾ ਹੈ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਕਰਨਾ ਕਰ ਲੈਣਾ ਤੇ ਬਾਕੀ ਵੀਡੀਓ ਦਾ ਡਰੈਸ ਹੈ ਕਿ ਜ਼ਿਲ੍ਹਾ ਗੁਜਰਾਤ ਹੈ ਤਹਿਸੀਲ ਵੀ ਗੁਜਰਾਤ ਦੇ ਪਿੰਡ ਜਿਹਨਾਂ ਦਾ ਇਹਨਾਂ ਦਾ ਤਦਰਾ ਹੈ ਲੋਕੇਸ਼ਨ ਇਹਨਾਂ ਦੀ ਇਸ ਤਰ੍ਹਾਂ ਕਿਸੇ ਵੀ ਭਰਾਵ ਨਾ ਹੋਵੇ ਮਾਇਆ ਜਿਹੜਾ ਹੈ ਜਲਾਲਪੁਰ ਜੱਟਾਂ ਤੇ ਜਲਾਲਪੁਰ ਜੱਟਾਂ ਤੋਂ ਅੱਗੇ ਤਕਰੀਬਨ ਜਿਹੜਾ ਨਾ ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆਉਂਦਾ ਇਹ ਇਹਨਾਂ ਦੀ ਲੋਕੇਸ਼ਨ ਹੈ ਬਾਕੀ ਨੰਬਰ ਸਕਰੀਨ ਤੇ ਲਾ ਜਾਣਾ ਕਿਸੇ ਵੀ ਭਰਾ ਦੂਰ ਮਾਮਣਾ ਹੋਵੇ ਲੋਕੇਸ਼ਨ ਜਿਹੜੀ ਹੈ ਨਾ ਭਾਈ ਅਜਮਲ ਕੋਲੋਂ ਮੰਗਾ ਲੈਣੀ ਹੈ ਵਾਰਾ ਜੁਮੇਰਾ ਦੇ ਤੇ ਤਾਰੀਖ ਵੀ ਬਣਦੀ ਹੈ 8 ਸਤੰਬਰ ਤੇ 2022 ਤੇ ਬਾਕੀ ਵੀਡੀਓ ਕਰਨਾ ਜੀ ਸ਼ੁਰੂ ਅਸਲਾਮ ਅਲੈਕਮ ਜੀ ਭਾਈ ਅਜਮਲ ਕੀ ਹਾਲ ਹੈ ਆਦਰਾਂ ਦੀ ਫਰੀਆ ਤੇ ਅਜਮਲ ਝਖਣਾ ਨਹੀਂ ਹੈ ਵੀ ਕਿਉਂਕਿ ਬੋਲਣਾ ਬੋਲ ਨਾਲੇ ਪਹਿਲੇ ਵੀਡੀਓ ਜਿਹੜੀ ਹੈ ਨਾ ਉਹਦਾ ਕਮੈਂਟ ਪਹਿਲਾ ਜਾਂ ਫੋਨ ਇਹ ਜਾਂਦਾ ਕਿ ਮਾਲਕ ਦੀ ਆਵਾਜ਼ ਨਹੀਂ ਆਉਂਦੀ ਇਸੇ ਤਰ੍ਹਾਂ ਜਿਸ ਤਰ੍ਹਾਂ ਦੋਵੇਂ ਭਰਾ ਗੱਪ ਲਾਣੇ ਆ ਨਾ ਇਸੇ ਤਰ੍ਹਾਂ ਕਿੰਨੇ ਨੇ ਡੰਗਾ ਜਿਹੜਾ ਵੀਡੀਓ ਚ ਲਾਣੇ ਨੇ ਚਾਰ ਚਾਰ ਨੇ ਤਿੰਨ ਮੱਝਾਂ ਨੇ ਇੱਕ ਗਾਂ ਸੂਈਆਂ ਨੇ ਜਾਂ ਕਬੜਾਂ ਨੇ ਸੂਈਆਂ ਨੇ ਹੋਰ ਵੀ ਇੰਜਾਨ ਨੇ ਚਾਰ ਲਾਣੀਆਂ ਇਹ ਚਾਰ ਜਿਹੜੀਆਂ ਵੇਚਣੀਆਂ ਨੇ ਲੋ ਜੀ ਅਜਮਲ ਮਾਂ ਤੇ ਆ ਜਾਣਾ ਭਰਾਵਾਂ ਦੇ ਸਾਹਮਣੇ ਨਵੀਂ ਵੀਡੀਓ ਇੱਕ ਬਰਾਦਰਾਨਾ ਤੌਰ ਤੇ ਜਿਹੜਾ ਮਸ਼ਹੂਰ ਹੈ ਨਾ ਉਹ ਮੈਂ ਤੁਸੀਂ ਵੀਡੀਓ ਵੇਖਦੇ ਹੋ ਨਵੀਂ ਵੀਡੀਓ ਮੈਂ ਹਰ ਭਰਾ ਨੂੰ ਕਹਿੰਦਾ ਕਿ ਆਪਣਾ ਮੋਲ ਪੱਕਾ ਲਾਣਾ ਹੈ ਅੱਲਾ ਪਾਕ ਕਰਮ ਕਰੇਗਾ ਜੀ ਹਾਂ ਇਨਸ਼ਾਅੱਲਾ ਪੱਕੇ ਹੋਣ ਗਏ ਜੀ ਠੀਕ ਹੈ ਕਿੰਨੀਆਂ ਨੇ ਪਹਿਲਣਾ ਵੇਖਦੇ ਦੋ ਪਹਿਲਣਾ ਨੇ ਜਿਹੜੀਆਂ ਝੋਟੀਆਂ ਨੇ ਹਾਂਜੀ ਚਲੋ ਇੱਕ ਇੱਕ ਤੇ ਜਾ ਕੇ ਗੱਲਬਾਤ ਆ ਕਰ ਲੈਣੇ ਆ ਨੰਬਰ 1 ਤੇ ਕਿਹੜੀ ਲਾਣੀ ਜੇ ਖੋਲੋ ਜੀ ਨੰਬਰ 1 ਜਿਹੜਾ ਨਾ ਝੋਟੀ ਕਿੰਨਾ ਕੋਲ ਨਹੀਂ ਹੈ ਲੋ ਜੀ ਭਾਈ ਅਜਮਲ ਨੰਬਰ 1 ਆ ਗਈ ਜੀ ਝੋਟੀ ਜਿਹੜੀ ਹੈ ਨਾ ਭਰਾਵਾਂ ਦੇ ਸਾਹਮਣੇ ਝੋਟੀ ਲਾਲ ਪੈ ਵਹਾਂਦਾ ਤੇ ਬਾਕੀ ਜਿਹੜੀ ਗੱਲਬਾਤ ਹੈ ਨਾ ਉਹ ਤੁਸਾਂ ਸੁਣਾਣੀ ਹੈ ਝੋਟੀ ਪਹਿਲਣੇ ਝੋਟੀ ਝੋਟੀ ਦਾ ਲਿਬਾਸ ਖਾਣ ਉਹ ਭਰਾਵਾਂ ਦੇ ਸਾਹਮਣੇ ਨੇ ਭਾਈ ਅਜਮਲ ਕਿੰਨਾ ਕੁ ਦੁੱਧ ਹੈ ਝੋਟੀ ਕੋਲੇ 10 ਕਿਲੋ ਹਾਂਜੀ ਦੋਵਾਂ ਟਾਈਮਾਂ ਦਾ ਇਹ ਸਾਰੀ ਦਾ ਜਿਹੜੀਆਂ ਤਰੋਂ ਖਾਣਾ ਦਾ ਸਾਰੀ ਦਾ ਕੋਈ ਵੀ ਭਰਾ ਜਿੱਥੋਂ ਵੀ ਆਵੇ ਦੋਵੇਂ ਟਾਈਮ ਕੁੰਜ ਕੇ ਝੋਲੇ ਦੁੱਧ ਆਪਣਾ 10 ਕਿਲੋ ਭਰਾਵੇਂ ਦੇ ਝੋਟੀ ਲੈ ਕੇ ਜਾਏ ਮਗਰ ਇਹਦੇ ਕੱਟਾ ਵੰਗਾ ਲਾਉਂਦੇ ਹੋ ਸੋ ਲਾਉਂਦੇ ਹੋ ਨਾ ਠੀਕ ਹੈ ਲੋ ਜੀ ਬਿਸਮਿਲਾ ਪੜੋ ਨੰਬਰ 1 ਝੋਟੀ ਕਿਸੇ ਭਰਾ ਨੂੰ ਪਸੰਦ ਆਵੇ ਕਿੰਨੀ ਲੈਣੀ ਹੈ ਉਹ ਪਹਿਲਾ ਕੱਟਾ 3 ਲੱਖ 3 ਲੱਖ ਰੁਪਿਆ ਡਿਮਾਂਡ ਹੈ ਪਿਆਰ ਮੁਹੱਬਤ ਹੋਵੇਗਾ ਨਾ ਇਨਸ਼ਾਅੱਲਾ ਕੋਈ ਵੀ ਭਰਾ ਆਵੇ ਆਏ ਦੀ ਕਦਰ ਜਿਹੜੀ ਹੈ ਨਾ ਜ਼ਰੂਰ ਹੋਵੇਗੀ ਅੱਗੇ ਖੋਲੋ ਜੀ ਨੰਬਰ ਅੱਗੇ ਆ ਗਈ ਜੀ 2 ਭਾਈ ਅਜਮਲ ਝੋਟੀ ਪਹਿਲਣ ਹੈ ਨਾ ਪਹਿਲਣ ਮੂੰਹ ਚੁੱਕੇ ਜਵਾਨ ਹੈ ਛਿੱਕੀ ਹੈ ਜੀ ਮੂੰਹ ਚ ਛਿੱਕੀ ਹੈ ਨੰਬਰ ਜਿਹੜੀ ਹੈ ਜੀ ਝੋਟੀ 2 ਤੇ ਪਹਿਲਣ ਕਿੰਨੇ ਕੁ ਦਿਨਾਂ ਦੇ ਸੋਈ ਹੈ ਸਾਰੀ ਦਾ ਮਗਰ ਕੱਟਾ ਤੋਂ ਕੱਟੀ ਹੈ ਮਗਰ ਇਹਦੇ ਕੱਟੀ ਹੈ ਜੀ 1 ਮਹੀਨੇ ਤੋਂ ਬਾਅਦ ਝੋਟੀ ਸੂਈ ਮਗਰ ਕੱਟੀ ਹੈ ਦੁੱਧ 10 ਕਿਲੋ ਹੈ ਜੀ ਹਣ ਬਰਾਬਰ ਨੇ ਦੁੱਧ ਬਰਾਬਰ ਹੈ ਦੁੱਧ ਬਰਾਬਰ ਠੀਕ ਹੈ ਉਂਜ ਲਾਭ ਵਹਾਂਦੀ ਹੈ ਲੇਕਿਨ ਦੁੱਧ ਜਿਹੜਾ ਹੈ ਦੋਵੇਂ ਖਾਣਾ ਪਿਛਲੇ ਨਾਲ ਪਿਛਲਾ ਝੋਲੋ ਅਗਲੇ ਨਾਲ ਅਗਲਾ ਝੋਲੋ ਬਿਲਕੁਲ ਦੁੱਧ ਬਰਾਬਰ ਹੋਵੇਗਾ ਕਿੰਨੇ ਦੀ ਝੋਟੀ ਦੇ ਸਕਣੀ ਹੈ
ਅਗਲੀ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ।